ਲੋ ਛੋਟੇ ਕੋਲ ਆਪਾਂ ਲੈ ਕੇ ਆਏ ਜੀ ਵਰਨਾ ਪੰਜਾਬ ਨੰਬਰ ਜਲੰਧਰ ਹੁਸ਼ਿਆਰਪੁਰ ਵਾਲੀ ਸਾਈਡ ਦੀ ਗੱਡੀ ਆ। ਬਾਕਲ ਆਪਾਂ ਗੱਲਬਾਤ ਵੀ ਕਰਾਂਗੇ, ਵਾਈਟ ਕਲਰ ਦੇ ਵਿੱਚ ਆ। ਪਹਿਲੇ ਪ੍ਰੋਜੈਕਟਰ ਲੈਂਪ ਪਹਿਲੇ ਲੱਗੇ ਹੋਏ ਆ, ਕੰਪਨੀ ਫਿਟਡ ਕੰਪਨੀ ਨੇ LED ਲਾਈਟ ਬਾਲ ਅਤੇ ਪ੍ਰੋਜੈਕਟਰ ਲੈਂਪ ਵਿੱਚ ਆਉਂਦੇ ਆ। ਅਤੇ ਜਿਹੜੇ ਲਾਈਵ ਵੀਰ ਵੈਰਾਂ ਨੇ ਦੇਖੋ ਟਾਇਰ ਕਿੰਨੇ ਵਧੀਆ ਪਾਏ ਹੋਏ ਵੀਰ, ਹੋਣਾ ਟਾਇਰ ਉਹ ਸਾਈਡ 'ਤੇ ਗੱਡੀ ਹੋਰ ਖੜੀ ਉਹਦੇ ਕਰਕੇ ਨਾ ਆਪਣੇ ਥੋੜ੍ਹੇ ਗੱਡੀ ਉਸ ਹਿਸਾਬ ਨਾਲ ਗੱਡੀ ਦੀ ਲੁੱਕ ਦਿਖਾਈ ਜਾਣੀ ਆ। ਬਾਕੀ ਆਪ ਵਿੱਚ ਬਹਿਣ ਦੀ ਕੋਸ਼ਿਸ਼ ਕਰਦੇ ਹਾਂ, ਜੋ ਵਿੱਚ ਬਹਿ ਕੇ ਤੁਹਾਨੂੰ ਦਿਖਾਉਂਦੇ ਹਾਂ ਸਾਰਾ ਇੰਟੀਰੀਅਰ ਆ ਜੀ। ਹੁੰਡਾਈ ਗੱਡੀ ਦਾ ਸਭ ਤੋਂ ਜ਼ਿਆਦਾ ਸੋਹਣਾ ਇਹ ਆ ਜੀ। ਬਾਕੀ ਦੇਖੋ ਇਹ ਚਾਬੀ ਠੀਕ ਆ ਜੀ, ਇਹ ਮੈਨੂਅਲ ਆ। ਆਹ ਬੈਕ ਸਾਈਡ ਤੋਂ ਦੇਖੋ ਲੁੱਕ ਗੱਡੀ ਦੀ ਕਿੰਨੀ ਘੈਂਟ ਲੱਗਦੀ ਆ ਰਾਜਾ ਬਾਈ, ਪੂਰੀ ਘੈਂਟ ਗੱਡੀ ਦੇਖੋ ਕਿੰਨੀ ਸੋਹਣੀ ਲੱਗਦੀ। ਟਾਇਰ ਵਗੈਰਾ ਬਾਹਲੇ ਚੌੜੇ ਪਾਏ ਹੋਏ ਤਾਂ ਗੱਡੀ ਪਾਈ ਹੋਣਾ ਚੱਕੀ ਹੋਈ ਆ, ਪੂਰੀ ਜਹਾਜ਼ ਫੀਲਿੰਗ ਆਉਂਦੀ ਆ, ਪੂਰੀ ਵਧੀਆ ਫੇਰ ਜਹਾਜ਼ ਫੀਲਿੰਗ। ਕਿਆ ਬਾਤ ਹੀ ਬਣਾਈ ਪਈ ਆ ਗੱਡੀ ਦੇਖੋ ਕਿੰਨੀ ਕਿੰਨੀ ਵਧੀਆ ਲੁੱਕ ਦੀ ਬਣੀ ਹੋਈ ਆ। ਆ ਜਾਓ ਆਪਾਂ ਵਿੱਚ ਬਹਿੰਦੇ ਹਾਂ ਗੱਡੀ ਦੇ, ਵਿੱਚ ਬਹਿ ਕੇ ਤੁਹਾਨੂੰ ਦਿਖਾਉਂਦੇ ਗੱਡੀ ਆ ਜੋ। ਆਓ ਜੀ ਆਪਾਂ ਆ ਗਏ ਜੀ ਵਿੱਚ। ਪਹਿਲਾਂ ਦੇਖੋ ਸਟੇਅਰ ਹੁੰਡਾਈ ਦਾ ਲੋਗੋ ਅਤੇ ਬਾਕੀ ਇਹਦੇ ਫੰਕਸ਼ਨ ਕਰੂਜ਼ ਵਗੈਰਾ ਰੀਸੈਟ ਦੇ ਚੇਂਜ ਕੈਂਸਰ ਦੇ ਠੀਕ ਆ ਓਕੇ ਦੇ ਆ। ਅਤੇ ਇੱਧਰ ਵੀ ਆ ਜਾਂਦੇ ਆ ਜੀ ਸਟੀਰੀਓ ਦੇ ਮਿਊਡ, ਆਵਾਜ਼ ਨੂੰ ਵੱਧ ਘੱਟ ਕਰਨਾ, ਫੋਨ ਨੂੰ ਚੱਕਣਾ ਛੱਡਣਾ ਠੀਕ ਹੈ। ਫਿਰ ਕਰੂਜ਼ ਕੰਟਰੋਲ ਵਿੱਚ ਇਹਦੇ ਵਿੱਚ ਹੈਗਾ ਵਾ ਸਟੀਅਰਿੰਗ ਦੀ ਅਡਜਸਟਮੈਂਟ ਲਈ ਠੀਕ ਹੈ, ਟੈਲੀਸਕੋਪ ਨਹੀਂ ਹੈਗਾ ਬਾਹਰ ਇਹ 'ਚ ਆਉਂਦਾ। ਅਤੇ ਬਾਕੀ ਆ ਜਾਓ ਆਪਾਂ ਮੀਟਰ ਦਿਖਾਉਂਦੇ ਤੁਹਾਨੂੰ, ਮੀਟਰ ਚੱਲਦੇ ਹਾਂ। ਮੀਟਰ ਦੇਖੋ ਕਿੰਨਾ ਕਿੰਨਾ ਘੈਂਟ ਆ ਗੱਡੀ ਦਾ। ਬਾਕੀ ਆ ਵੀ ਇਹਦਾ ਜਿਹੜਾ ਹੁੰਡਾਈ ਦਾ ਵੀਰੇ ਜਿਹੜਾ ਹੈਗਾ ਨਾ ਜਿਹੜਾ ਇੰਟੀਰੀਅਰ ਉਹ ਮੰਨਿਆ ਪਰਵੰਨਿਆ ਇੰਟੀਰੀਅਰ ਆ, ਪੂਰਾ ਘੈਂਟ ਆ ਜੀ, ਪੂਰਾ ਸਿਰਾ ਹੀ ਲਾਉਂਦਾ ਵਾ। ਅਤੇ ਚੱਲੀ ਆ ਗੱਡੀ ਸਮਥਿੰਗ 65,000 ਚੱਲੀ ਹੋਈ ਆ। ਅਤੇ ਬਾਕੀ ਆ ਜਾਓ ਇੱਧਰਲੀ ਸਾਈਡ, ਬਨੀਡ ਐਂਡ ਕਲੀਨ ਗੱਤੇ ਸਾਰੇ, ਅਤੇ ਗੱਡੀ ਸਪੇਸ ਬਹੁਤ ਆ, ਗੱਡੀ ਖੁੱਲ੍ਹਦੀ ਖੁੱਲ੍ਹੀ ਟੁੱਡੀ ਪੂਰੀ ਆ। ਸੀਟ ਕਵਰ ਕੁਵਰ ਪੂਰੇ ਵਧੀਆ, ਦੇਖੋ ਬਟਨ ਵਗੈਰਾ ਸਾਰੇ ਪਾਵਰ ਸਾਰੀਆਂ ਅਪਲੋਡ ਅਪ ਡਾਊਨ ਹੇਠਾਂ ਸਾਡੇ ਤਾਂ ਜਾਣ ਵਾਲੇ ਠੀਕ ਆ, ਚੱਲਦੇ ਆ ਸਾਰੇ ਬਟਨ ਓਕੇ ਆ। ਅਤੇ ਅਨਲੋਕ ਸ਼ੀਸ਼ਿਆਂ ਦੀ ਸੈਟਿੰਗ ਵਗੈਰਾ ਠੀਕ ਹੈ। ਫਿਰ ਆ ਜਾਓ ਇੱਧਰ ਪਸਤੇ, ਇੱਧਰ ਸਟੀਰੀਓ ਦੇਖੋ, ਬੈਕ ਕੈਮਰਾ ਲੱਗਿਆ ਹੋਇਆ ਵਿੱਚ, ਆਪਾਂ ਛੱਡ ਦਿੰਦੇ ਹਾਂ ਦੇਖੋ ਬੈਕ ਕੈਮਰਾ ਚੱਲ ਪਿਆ ਠੀਕ ਹੈ। ਫਿਰ ਇਹਨਾਂ 'ਚ ਬਾਕੀ ਸੈਟਿੰਗ ਵਗੈਰਾ ਸਾਊਂਡ ਦੀ ਸੈਟਿੰਗ ਹੋ ਗਈ, ਟੱਚ ਆ ਜੀ ਸਾਰਾ ਓਕੇ। ਫਿਰ ਉਸ ਤੋਂ ਬਾਅਦ 'ਚ ਦੇਖੋ ਇਹਦਾ ਜਿਹੜਾ AC ਦਾ ਜਿਹੜਾ ਜਗਾ ਸਿਸਟਮ ਆ ਉਹ ਸਾਰਾ ਕਲਾਈਮੇਟ ਕੰਟਰੋਲ ਆ। ਬਾਕੀ ਆਪਾਂ ਵੀਰ ਹੋਣਾ ਗੱਲਬਾਤ ਵੀ ਕਰਾਂਗੇ ਕਿੰਨਾ ਮਾਡਲ ਆ ਕਿੰਨਾ ਨਹੀਂ ਹੈਗਾ, ਕੀ ਸਿਸਟਮ ਹੈ ਇਹਦਾ ਅਤੇ ਸਿਸਟਮ ਕੀ ਹੈ ਸਾਨੂੰ ਕਰ। ਅਤੇ ਇਹ 'ਚ ਚਾਰਜਰ ਵਗੈਰਾ ਦੇਖਿਆ 12 volt ਆਉਂਦਾ ਠੀਕ ਹੈ, ਇੱਧਰ ਆਉਂਦਾ ਇੱਕ, ਇੱਧਰ ਆਉਂਦਾ ਚਾਰਜਰ ਲੱਗਣ ਨੂੰ ਠੀਕ ਹੈ। ਦੋ ਚਾਰਜਰ ਪੋਰਟਿੰਗ USB ਪੋਰਟਸ ਆਉਂਦੇ ਨੇ ਅਤੇ ਔਕਸ ਵਗੈਰਾ ਆਉਂਦੀ ਹੈ ਠੀਕ ਹੈ। ਵਾਇਰਲੈਸ ਚਾਰਜ ਨਹੀਂ ਹੈਗਾ ਸ਼ਾਇਦ ਵਿੱਚ, ਇਹਦਾ ਸਿਸਟਮ ਨਹੀਂ, ਉਹ ਤਾਂ ਵਾਇਰਲੈਸ ਚਾਰਜਰ ਦੇ ਵਿੱਚ ਨਾ ਬਣਿਆ ਹੁੰਦਾ ਵਾ ਸਿਸਟਮ, ਉਹ ਜਿਹੜਾ ਉੱਥੇ ਹੁੰਦੀ ਹੈ ਉੱਥੇ ਹੈ ਨਹੀਂ, ਇਹ 'ਚ ਵਾਇਰਲੈਸ ਚਾਰਜ ਨਹੀਂ ਹੈਗਾ ਲੱਗਦਾ ਅੱਜ, ਤਾਂ ਉਹਦੇ 'ਚ ਬੈਟ ਬਣਿਆ ਹੁੰਦਾ ਉਹ 'ਚ ਔਨ ਆਫ ਵਾਲੇ ਬਟਨ ਲੱਗੇ ਹੁੰਦੇ ਆ। ਅਤੇ ਬਾਕੀ ਜੇ ਗੇਅਰ ਦੀ ਗੱਲ ਕਰਦੀ ਜੀ, 6-speed ਗੇਅਰ ਫਰੰਟ ਨੂੰ ਅਤੇ ਬੈਕ 7ਵਾਂ। ਫਿਰ ਉਸ ਤੋਂ ਹੈਂਡ ਬ੍ਰੇਕ ਅਤੇ ਹੈਂਡ ਬ੍ਰੇਕ ਆ ਗਏ, ਫਿਰ ਰੈਸਟ ਆਰਮ ਆ ਗਈ, ਗੱਡੀ ਖੁੱਲ੍ਹੀ ਖੁੱਲ੍ਹੀ ਦੇਖੋ ਕਿੰਨੀ ਵਧੀਆ ਵਾ। ਅਤੇ ਡੈਸ਼ਬੋਰਡ ਵਗੈਰਾ ਪੂਰਾ ਵਧੀਆ ਸਾਫ਼ ਹੈ ਸੇਫਟੀ ਵਾਸਤੇ, 에ਅਰਬੈਗਸ ਨੇ ਠੀਕ ਹੈ, ਇੱਥੇ ਵੀ ਹੈ ਇੱਧਰਲੀ ਸਾਈਡ ਵੀ ਹੈ। ਬਾਕੀ ਸਟੀਰੀਓ ਵਗੈਰਾ ਆਪਾਂ ਦੇਖੋ ਕਿੰਨਾ ਸੋਹਣਾ, ਮੈਂ ਤਾਂ ਦੇਖ ਹੀ ਲਿਆ। ਅਤੇ ਆਹ ਵਿੱਚ ਸਮਾਨ ਰੱਖਣ ਵਾਸਤੇ ਓਕੇ ਆ, ਪੰਜਾਬ ਨੰਬਰ ਹੈ ਗੱਡੀ, ਤੁਹਾਨੂੰ ਪਹਿਲਾਂ ਵੀ ਦੱਸੀ ਹੈ। ਅਤੇ ਇਹ ਹੈ ਜੀ ਮੀਡੀਅਮ ਮਾਡਲ, ਇਹਦੇ 'ਚ ਇੱਕ ਤਾਂ ਜਿਹੜੀ ਟੋਪ ਮਾਡਲ ਦੇ ਵਿੱਚ ਸਨ ਰੂਫ ਆਉਂਦਾ ਨਾ, ਇਹਦੇ ਵਿੱਚ ਸਨ ਰੂਫ ਨਹੀਂ ਆਉਂਦਾ ਹੈਗਾ। ਅਤੇ ਬਾਕੀ ਬੈਕ ਤੋਂ ਗੱਡੀ ਦੇਖੋ ਕਿੰਨੀ ਵਧੀਆ ਗੱਡੀ ਹੈ, ਸੀਟ ਕਵਰ ਵਗੈਰਾ ਪੂਰੇ ਸਾਫ਼ ਆ ਜਾਓ। ਅਤੇ ਬਾਕੀ ਮਾਲਕ ਨਾਲ ਵੀ ਗੱਲਬਾਤ ਕਰਦੇ ਅਤੇ ਪਿੱਛੇ ਵੀ ਬਹਿ ਕੇ ਤੁਹਾਨੂੰ ਦਿਖਾਉਂਦੇ ਸਪੇਸ ਕਿੰਨੀ ਹੈ ਜੀ ਗੱਡੀ ਖੁੱਲ੍ਹੀ ਚੱਡੀ ਆ। ਬਾਕੀ ਸੀਟਾਂ ਦੇਖੋ ਜਮਾਂ ਐਨ ਮੇਰੀਆਂ ਸਿਰੇ ਲਾਈਆਂ ਹੋਈਆਂ ਨੇ, ਜੇ ਆਪਾਂ ਨੂੰ ਹੋਰ ਗਾਂਹ ਕਰ ਦਾਂਗੇ ਤਾਂ ਬਹੁਤ ਜ਼ਿਆਦਾ ਇਹਦੇ ਵਿੱਚ ਸਪੇਸ ਬਣ ਜਾਣੀ ਆ, ਬਹੁਤ ਵਧੀਆ ਬੰਦਾ ਬਹਿੰਦਾ ਇਹਦੇ ਵਿੱਚ, ਲੈਗ ਸਪੇਸ ਬਹੁਤ ਵਧੀਆ ਦੇ ਗੱਡੀਆਂ ਦੇ ਵਿੱਚ। ਵਰਨਾ ਗੱਡੀ ਦੀ ਡਿੱਗੀ ਵੀ ਤੁਹਾਨੂੰ ਪਤਾ ਵੀ ਵਰਨਾ ਗੱਡੀ ਦੀ ਡਿੱਗੀ ਪੂਰੀ ਵੱਡੀ ਆ। ਅਤੇ ਬਾਕੀ ਐਵੇਂ ਆ ਵੀ ਸੀਟ ਕਵਰ ਵਗੈਰਾ ਨੀਡਲ ਕਲੀਨ ਨੇ, ਬਲੈਕ ਕਲਰ ਦੇ ਵਿੱਚ ਬਲੈਕ ਟੋਨ ਦੇ ਵਿੱਚ ਆਉਂਦੇ ਆ। ਅਤੇ ਆ ਗੱਤੇ ਵਗੈਰਾ ਪੂਰੇ ਸਾਫ਼ ਨੇ, ਸ਼ੀਸ਼ਿਆਂ ਵਾਲੇ ਬਾਰੀਆਂ ਵਾਲੇ। ਅਤੇ ਬੈਕ ਦੇ ਉੱਤੇ ਦੇਖੋ ਸ਼ੀਸ਼ਾ ਉਹ ਜਿਹੜਾ ਗਰਮ ਜਿਹੜਾ ਹੁੰਦਾ ਆਪਣਾ ਜਿਹਨੂੰ ਕਹਿ ਦਈਏ ਵੀ ਧਾਂਦਰੀ ਜਮਾਉਂਦਾ ਹੈਗਾ, ਉਹ ਸ਼ੀਸ਼ਾ ਲੱਗਿਆ ਹੋਇਆ ਮਤਲਬ ਕੰਪਲੀਫਿਟਡ।
ਤੇ ਬਾਕੀ ਛੱਤ ਵਗੈਰਾ ਜਿਹੜੀ ਸਾਰੀ ਆ ਨੀਟ ਐਂਡ ਕਲੀਨ ਹੈ। ਤੇ ਬੈਕ ਸਾਈਡ ਇੱਥੇ ਲਾਈਟ ਲੱਗੀ ਹੋਈ ਆ, ਠੀਕ ਹੈ। ਫਿਰ ਬੈਕ ਦੇ ਉੱਤੇ ਪੈਸੇਂਜਰਾਂ ਵਾਸਤੇ ਦੇਖੋ ਏਸੀ ਵੀ, ਏਸੀ ਪੇਂਟਸ ਆਪਾਂ ਇਹਨੂੰ ਬੰਦ ਵੀ ਕਰ ਸਕਦੇ ਇੱਥੋਂ ਆਪਣੀ ਮਰਜ਼ੀ ਨਾਲ, ਜਿੱਦਣ ਮਰਜ਼ੀ ਕਰ ਲਓ ਇਹਨਾਂ ਨੂੰ ਸੈਟਿੰਗ ਕਰ ਸਕਦੇ ਇਹਦੀ। ਅਤੇ ਮਗਰ ਸਭ ਤੋਂ ਵਧੀਆ ਵਧੀਆ ਕੰਮ USB ਪੋਰਟਸ ਮਗਰ ਚਾਰਜਰ ਦਿੱਤਾ ਹੋਇਆ ਲਾਉਣ ਵਾਸਤੇ, ਜਿਹੜਾ ਮਗਰ ਪੈਸੇਂਜਰਾਂ ਵਾਸਤੇ ਅਲੱਗ ਦਿੱਤਾ ਹੋਇਆ। ਆ ਜਾਓ ਬਾਕੀ ਮਾਡਲ 'ਤੇ, ਪੈਸੇ ਦੀ ਗੱਲ ਮਤਲਬ ਆਪਾਂ ਵੀਰ ਹੋਣਾ ਕਰਦੇ ਹਾਂ। ਕਿੰਨਾ ਮਾਡਲ ਲੱਭ ਰਿਹਾ ਹੋ ਗੱਡੀ? 19 ਮਾਡਲ, ਉਹ ਵੀ 1.4 1400 cc ਦਾ, ਫਸਟ ਓਨਰ ਕਿ ਸੈਕਿੰਡ ਓਨਰ? ਸੈਕਿੰਡ ਓਨਰ, ਫਸਟ ਓਨਰ ਹੀ ਆ ਵੀ। PB8 ਇਹ ਹੈਗਾ ਜਲੰਧਰ ਦਾ ਨੰਬਰ ਆ, ਨਾ ਇਹ ਜਲੰਧਰ ਦਾ ਨੰਬਰ ਆ ਨਾ। ਕੀ ਡਿਮਾਂਡ ਵੀ ਆਪਣੀ? ਇਹਦੀ ਡਿਮਾਂਡ ਹੈਗੀ 9.5 ਲੱਖ ਰੁਪਏ ਦੇ ਦਾਂਗੇ। 9 ਲੱਖ ਰੁਪਏ ਦੇ ਦਾਂਗੇ, ਠੀਕ ਆ। ਅਤੇ ਲੋਕੇਸ਼ਨ ਦੇ ਮੋਬਾਈਲ ਨੰਬਰ ਬੋਲਿਓ ਆਪਣਾ ਕੀ ਆ? 95551 70115। ਅਤੇ ਲੋਕੇਸ਼ਨ ਕੀ ਆਪਣੀ? ਸੋਰੀ, ਬੱਗੂ ਦੇ ਕੋਠੇ ਜਗਰਾਓ, 6 ਚੌਂਕ ਹੈ ਨਾ। ਆ ਜਾਓ ਫਿਰ ਤੁਹਾਨੂੰ ਬਾਕੀ ਬੋਰਡ ਦਿਖਾਉਂਦੇ ਹਾਂ। ਬੋਰਡ 9843090001 ਮੋਬਾਈਲ ਨੰਬਰ ਆ ਵੀ। ਅੱਜ ਪੜ੍ਹਨਾ ਗੱਡੀ, ਅਤੇ ਵੀਡੀਓ ਤੁਹਾਡੀ ਆਪਣੀ ਸਮਾਪਤ। ਆਪਾਂ ਤੁਹਾਡੇ ਲਈ ਵੀਰੇ ਗੱਡੀਆਂ, ਕਾਰਾਂ ਅਤੇ ਟਰੈਕਟਰਾਂ ਦੀ ਵੀਡੀਓ ਤੁਹਾਡੇ ਲਈ ਆਪਾਂ ਵੀਰੇ ਲੈ ਕੇ ਆਉਂਦੇ ਰਹਿੰਦੇ ਹਾਂ। ਵੀਡੀਓ ਨੂੰ ਵੀਰੇ ਵੱਧ ਤੋਂ ਵੱਧ ਕਰਿਓ ਸ਼ੇਅਰ ਅਤੇ ਵੀਰੇ ਚੈਨਲ ਨੂੰ ਵੀਰੇ ਕਰਿਓ ਸਬਸਕ੍ਰਾਈਬ। ਧੰਨਵਾਦ ਜੀ।